ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦੇ ਕਰੰਟ ਅਫੇਅਰ ਦੇ ਨਾਲ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਪਹਿਲੀ ਨਿਊਜ਼ ਆ ਗਈ ਅੱਜ ਦੀ, ਇੱਕ ਅਵਾਰਡ ਹੈਗਾ ਉਹਦਾ ਨਾਮ ਹੈਗਾ ਆਰਡਰ ਆਫ ਐਜ਼ਟੈਕ ਈਗਲ, ਠੀਕ ਹੈ। ਮੈਕਸੀਕੋ ਕੰਟਰੀ ਹੈਗੀ ਜਿਹੜੀ, ਉਹਦਾ ਇਹ ਹਾਈਐਸਟ ਸਿਵਿਲਿਅਨ ਅਵਾਰਡ ਹੈਗਾ, ਨਾਗਰਿਕ ਅਵਾਰਡ ਹੈ। ਕਿਹਨੂੰ ਦਿੱਤਾ ਗਿਆ? ਆਪਣੇ ਦੇਸ਼ ਦੇ ਉੱਪਰ ਮਤਲਬ ਰਾਸ਼ਟਰਪਤੀ ਸੀਗੇ ਪ੍ਰਤਿਭਾ ਪਾਟਿਲ ਜੀ, ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ, ਠੀਕ ਹੈ। ਆਰਡਰ ਆਫ ਐਜ਼ਟੈਕ ਈਗਲ ਹਰ ਸਾਲ ਮਤਲਬ ਦਿੱਤਾ ਜਾਂਦਾ, ਇਹ ਪੇਪਰਸ ਦੇ ਵਿੱਚ ਪੁੱਛਿਆ ਵੀ ਗਿਆ, ਕਾਫੀ ਜ਼ਿਆਦਾ ਇੰਪੋਰਟੈਂਟ ਅਵਾਰਡ ਹੈਗਾ ਇਹ, ਠੀਕ ਹੈ। ਉਸ ਤੋਂ ਇਲਾਵਾ ਦੂਜੀ ਨਿਊਜ਼ ਆ ਗਈ, ਆਪਣੇ ਇੰਡੀਅਨ ਓਰੀਜਨ ਦੇ ਇੱਕ ਲੇਡੀ ਨੇਗੇ, ਉਹਨਾਂ ਦਾ ਨਾਮ ਹੈਗਾ ਅਨੀਤਾ ਭਾਟੀਆ, ਠੀਕ ਹੈ। ਉਹਨਾਂ ਨੇ UN ਦੀ ਇੱਕ ਆਰਗੇਨਾਈਜੇਸ਼ਨ ਹੈਗੀ UN ਵੂਮਨ, ਠੀਕ ਹੈ, ਉਹਦਾ ਡੈਪਟੀ ਐਗਜ਼ੈਕਟਿਵ ਡਾਇਰੈਕਟਰ ਅਪੁਆਇੰਟ ਕਰਿਆ ਗਿਆ, ਠੀਕ ਹੈ। ਆਪਣੇ ਇੰਡੀਆ ਲਈ ਇਹ ਪ੍ਰਾਊਡ ਵਾਲੀ ਗੱਲ ਹੈਗੀ। ਅਗਲੀ ਨਿਊਜ਼ ਆ ਗਈ, 10th ਨੈਸ਼ਨਲ ਸਾਇੰਸ ਫਿਲਮ ਫੈਸਟੀਵਲ 2020 ਦੇ ਵਿੱਚ ਹੋਣਾ ਹੈ। ਕਿੱਥੇ ਹੋਣਾ? ਤ੍ਰਿਪੁਰਾ ਦੀ ਕੈਪੀਟਲ ਅਗਰਤਾਲਾ ਦੇ ਵਿੱਚ, ਠੀਕ ਹੈ। ਤ੍ਰਿਪੁਰਾ ਦੇ ਵਿੱਚ ਗੋਮਤੀ, ਰੇਵਾ ਤੇ ਤ੍ਰਿਸ਼ਨਾ ਵਾਈਲਡ ਲਾਈਫ ਸੈਂਚਰੀ ਨੇ, ਤੇ ਉਸ ਤੋਂ ਇਲਾਵਾ ਕਲਾਉਡਿਡ ਲੈਪਰਡ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚਰੀ ਵੀ ਇੱਥੇ ਹੈ, ਠੀਕ ਹੈ, ਤ੍ਰਿਪੁਰਾ ਦੇ ਵਿੱਚ। ਅਗਲੀ ਨਿਊਜ਼ ਆ ਗਈ ਚੇਤਨ ਭਗਤ ਦੇ ਉੱਪਰ, ਠੀਕ ਹੈ। ਮਸ਼ਹੂਰ ਲੇਖਕ ਨੇਗੇ, ਇਹਨਾਂ ਨੇ ਨਵੀਂ ਕਿਤਾਬ ਰਿਲੀਜ਼ ਕਰੀ ਹੈ, ਉਹਦਾ ਨਾਮ ਹੈਗਾ ਮੇਕਿੰਗ ਇੰਡੀਆ ਔਸਮ ਨਿਊ ਐਸਿਸ ਐਂਡ ਕੋਲਮ, ਠੀਕ ਹੈ। ਇਹਨਾਂ ਦੀ ਕਿਤਾਬਾਂ ਮਤਲਬ ਅਕਸਰ ਜਿਹੜੇ ਲਿਖਦੇ ਰਹਿੰਦੇ ਨੇ ਉਹ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਪੁੱਛੀਆਂ ਗਈਆਂ, ਠੀਕ ਹੈ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ, ਇਹਨਾਂ ਨੇ ਪਿੱਛੇ ਇੱਕ ਬੁੱਕ ਲਿਖੀ ਸੀਗੀ, ਠੀਕ ਹੈ, ਉਹਦੇ ਬੇਸ ਤੇ ਆਪਣੇ ਬਾਲੀਵੁੱਡ ਦੀ ਇੱਕ ਮੂਵੀ ਬਣੀ ਸੀਗੀ, ਠੀਕ ਹੈ। ਉਹ ਮੂਵੀ ਦਾ ਨਾਮ ਲਿਖਿਓ ਵੀ ਕਿਹੜੀ ਮਤਲਬ ਮੂਵੀ ਬਣੀ ਸੀਗੀ ਇਹਨਾਂ ਦੀ ਕਿਤਾਬ ਦੇ ਉੱਪਰ, ਠੀਕ ਹੈ। ਅਗਲੀ ਨਿਊਜ਼ ਦੇ ਉੱਪਰ ਚੱਲਦੇ ਆਪਾਂ, ਅੱਗੇ 2 ਡੇ ਆ ਗਏ, ਆਪਾਂ ਉਹ ਦੇਖ ਲਈਏ ਕਿਹੜੇ ਨੇਗੇ। ਪਹਿਲਾ ਆ ਗਿਆ ਵਰਲਡ ਹੰਗਰ ਡੇ, ਠੀਕ ਹੈ। ਹਰ ਸਾਲ 28 ਮਈ ਨੂੰ ਇਹ ਅਬਜ਼ਰਵ ਕਰਿਆ ਜਾਂਦਾ। ਇਸ ਸਾਲ ਦਾ ਜਿਹੜਾ ਥੀਮ ਹੈਗਾ ਜੀ ਸਸਟੇਨੇਬਿਲਟੀ, ਜਿਹੜੇ ਆਪਣੇ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਠੀਕ ਹੈ, ਮੈਂ ਕਾਫੀ ਵਾਰ ਪੜ੍ਹਾ ਚੁੱਕਿਆ ਤੁਹਾਨੂੰ, ਉਹਦਾ 17 ਜੋ ਗੋਲ ਨੰਬਰ 2 ਹੈਗਾ ਜਿਹੜਾ ਉਹ ਹੰਗਰ ਦੇ ਉੱਪਰ ਹੈ, ਠੀਕ ਹੈ, ਜ਼ੀਰੋ ਹੰਗਰ ਗੋਲ ਹੈਗਾ, ਠੀਕ ਹੈ। ਪਹਿਲਾ ਆ ਗਿਆ ਨੋ ਪਾਵਰਟੀ, ਦੂਜਾ ਗੋਲ ਹੈਗਾ ਜ਼ੀਰੋ ਹੰਗਰ, ਠੀਕ ਹੈ। ਸੋ ਅਗਲਾ ਡੇ ਆ ਗਿਆ ਵਰਲਡ ਮਿਲਕ ਡੇ, ਠੀਕ ਹੈ। ਹਰ ਸਾਲ 1 ਜੂਨ ਨੂੰ ਇਹ ਡੇ ਮਨਾਇਆ ਜਾਂਦਾ ਹੈ। ਇਸ ਸਾਲ ਦਾ ਇਹਦਾ ਥੀਮ ਹੈਗਾ ਜੀ ਡਰਿੰਕ ਮਿਲਕ ਟੂਡੇ ਐਂਡ ਐਵਰੀ ਡੇ, ਠੀਕ ਹੈ। ਆਪਣੇ ਇੰਡੀਆ ਦੇ ਵਿੱਚ ਮਿਲਕ ਦੀ ਪ੍ਰੋਡਕਸ਼ਨ ਨੂੰ ਬੂਸਟ ਕਰਨ ਦੇ ਲਈ ਇੱਕ ਪ੍ਰੋਗਰਾਮ ਵੀ ਲਾਂਚ ਕਰਿਆ ਗਿਆ ਸੀਗਾ, ਉਹਦਾ ਨਾਮ ਸੀਗਾ ਆਪਰੇਸ਼ਨ ਫਲੱਡ, ਠੀਕ ਹੈ। ਇਹਦੇ ਅੰਡਰ ਡਾਕਟਰ ਵਰਗਿਸ਼ ਕੁਰੀਅਨ, ਠੀਕ ਹੈ, ਇਹਨਾਂ ਨੂੰ ਜਿਹੜੇ ਵਰਗਿਸ਼ ਕੁਰੀਅਨ ਨੇਗੇ ਇਹਨਾਂ ਨੂੰ ਮਿਲਕ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਉਸ ਤੋਂ ਬਾਅਦ ਵਰਲਡ ਕੱਪ ਚੱਲ ਰਿਹਾ 2019 ਵਾਲਾ, ਠੀਕ ਹੈ, ਇੰਪੋਰਟੈਂਟ ਹੈ ਕਿਉਂਕਿ 4 ਸਾਲ ਬਾਅਦ ਹੁੰਦਾ। ਕਿੱਥੇ ਹੋ ਰਿਹਾ? ਇੰਗਲੈਂਡ ਐਂਡ ਵੇਲਸ ਦੇ ਵਿੱਚ, ਠੀਕ ਹੈ। ਵਰਲਡ ਕੱਪ ਦਾ ਪਹਿਲਾ ਮੈਚ ਕਿਹਦੇ ਵਿੱਚ ਖੇਡਿਆ ਗਿਆ? ਇੰਗਲੈਂਡ ਤੇ ਸਾਊਥ ਅਫਰੀਕਾ ਦੇ ਵਿੱਚ, ਠੀਕ ਹੈ। ਕਿੱਥੇ ਖੇਡਿਆ ਗਿਆ? ਇਹ ਹੋਰ ਇੰਪੋਰਟੈਂਟ ਹੈ, ਇੱਕ ਇੰਗਲੈਂਡ ਦੇ ਵਿੱਚ ਸਟੇਡੀਅਮ ਹੈਗਾ ਕੈਨਸਿੰਗਟਨ ਓਵਲ, ਠੀਕ ਹੈ, ਉੱਥੇ ਪਹਿਲਾ ਮੈਚ ਖੇਡਿਆ ਗਿਆ ਇਸ ਸਾਲ ਦੇ ਵਰਲਡ ਕੱਪ ਦਾ, ਠੀਕ ਹੈ। ਤੇ ਉਸ ਤੋਂ ਇਲਾਵਾ ਲਾਸਟ ਮੈਚ ਕਿੱਥੇ ਖੇਡਿਆ ਜਾਊਗਾ? ਉਹ ਖੇਡਿਆ ਜਾਊਗਾ ਜੀ ਇੰਗਲੈਂਡ ਦੇ ਲਾਰਡਸ ਸਟੇਡੀਅਮ ਦੇ ਵਿੱਚ, ਠੀਕ ਹੈ। ਅਗਲਾ ਵਰਲਡ ਕੱਪ 2023 ਵਾਲਾ ਜਿਹੜਾ ਉਹ ਆਪਣੇ ਇੰਡੀਆ ਦੇ ਵਿੱਚ ਹੋਊਗਾ, ਠੀਕ ਹੈ। ਉਸ ਤੋਂ ਇਲਾਵਾ ਵਰਲਡ ਦੀ ਸਦਰਨ ਮੋਸਟ ਸਿਟੀ ਦਾ ਹੁਣ ਟਾਈਟਲ ਕਿਹਨੂੰ ਮਿਲ ਗਿਆ? ਸਾਊਥ ਅਮਰੀਕਾ ਦੀ ਕੰਟਰੀ ਹੈਗੀ ਚਿਲੇ, ਠੀਕ ਹੈ, ਉਹਦੇ ਇੱਕ ਸ਼ਹਿਰ ਹੈਗਾ ਪਿਊਟੋ ਵਿਲੀਅਮਸ, ਉਹਨੂੰ ਇਹ ਟਾਈਟਲ ਦਿੱਤਾ ਗਿਆ, ਠੀਕ ਹੈ। ਇਸ ਤੋਂ ਪਹਿਲਾਂ ਇਹ ਟਾਈਟਲ ਅਰਜਨਟੀਨਾ ਦੇ ਇੱਕ ਸ਼ਹਿਰ ਸੀਗਾ ਉਹਾਸ਼ੀਆ, ਉਹਨੂੰ ਇਹ ਟਾਈਟਲ ਮਿਲਿਆ ਹੋਇਆ ਸੀਗਾ, ਬਟ ਹੁਣ ਇਹ ਜਿਹੜਾ ਚਿਲੇ ਦੀ ਮਤਲਬ ਇਹ ਸਿਟੀ ਹੈਗੀ ਇਹਨੂੰ ਦਿੱਤਾ ਗਿਆ, ਠੀਕ ਹੈ। ਅੱਜ ਆਪਾਂ ਸਾਊਥ ਅਮਰੀਕਾ ਕੰਟੀਨੈਂਟ ਬਾਰੇ ਪੜ੍ਹ ਲਈਏ, ਠੀਕ ਹੈ, ਕਿਹੜੀ ਕਿਹੜੀ ਕੰਟਰੀਜ਼ ਇਹਦੇ ਵਿੱਚ ਨਿਊਚਰ ਨੇ, ਠੀਕ ਹੈ, ਹੋਰ ਫਿਜ਼ੀਓਗ੍ਰਾਫਿਕ ਫੀਚਰਸ ਕੀ ਨੇ ਇਹਦੇ, ਇਸ ਕੰਟਰੀ ਦੇ ਵਿੱਚ ਰਿਵਰਸ, ਮਾਊਂਟੇਨਸ ਵਗੈਰਾ, ਠੀਕ ਹੈ, ਤੇ ਹੋਰ ਸਾਰੇ ਫੀਚਰ ਆਪਾਂ ਦੇਖਦੇ ਹਾਂ, ਠੀਕ ਹੈ। ਸਾਊਥ ਅਮਰੀਕਾ ਦੇ ਵਿੱਚ ਬੇਸਿਕਲੀ ਟੋਟਲ 12 ਕੰਟਰੀਜ਼ ਨੇਗੇ, ਠੀਕ ਹੈ। ਆਪਾਂ ਕਈ ਵਾਰ 13 ਪੜ੍ਹਦਾ ਨੇ, 13 ਨਹੀਂ ਹੈਗੀਆਂ ਕਿਉਂਕਿ ਜਿਹੜੀ ਆਹ ਕੰਟਰੀ ਹੈ ਨਾ ਇਹਦਾ ਨਾਮ ਹੈਗਾ ਫ੍ਰੈਂਚ ਗਾਇਨਾ, ਇਹ ਸਾਊਥ ਅਮਰੀਕਾ ਦੀ ਟੈਰੀਟਰੀ ਨਹੀਂ ਹੈਗੀ, ਇਹ ਜੀ ਫਰਾਂਸ ਦੀ ਟੈਰੀਟਰੀ ਹੈ, ਠੀਕ ਹੈ। ਇੱਥੋਂ ਜਿਹੜੇ ਫਰਾਂਸ ਵਗੈਰਾ ਇਹ ਆਪਣੇ ਜਿਹੜੇ ਸੈਟੇਲਾਈਟਸ ਲਾਂਚ ਕਰਦੇ ਨੇ ਉਹ ਬੇਸ ਹੈਗਾ ਜਿਹੜਾ ਰਾਕਟ ਬੇਸ, ਉਹ ਫ੍ਰੈਂਚ ਗਾਇਨਾ ਦੇ ਵਿੱਚ ਵੀ ਹੈ। ਆਪਾਂ ਪਿੱਛੇ ਪੜਿਆ ਸੀਗਾ ਆਪਣੇ ਇੰਡੀਆ ਨੇ ਜਿਹੜਾ ਆਪਣਾ ਹੈਵੀਸ ਸੈਟੇਲਾਈਟ ਬਣਾਇਆ ਸੀਗਾ G-SAT-11 ਨਾਮ ਸੀਗਾ ਜਿਹਦਾ, ਉਹ ਫ੍ਰੈਂਚ ਗਾਇਨਾ ਤੋਂ ਹੀ ਲਾਂਚ ਕਰਿਆ ਸੀਗਾ, ਠੀਕ ਹੈ। ਸੋ ਟੋਟਲ 12 ਕੰਟਰੀਆਂ ਨੇਗੀਆਂ ਸਾਊਥ ਅਮਰੀਕਾ ਦੇ ਵਿੱਚ। 12 ਜੋ ਸਿਰਫ 2 ਕੰਟਰੀਜ਼ ਨੇਗੀਆਂ ਉਹੀ ਲੈਂਡਲੌਕ ਨੇਗੀਆਂ, ਠੀਕ ਹੈ। ਲੈਂਡਲੌਕ ਮਤਲਬ ਉਹਨਾਂ ਦੀ ਬਾਉਂਡਰੀ ਸੀ ਜਾਂ ਓਸ਼ਨ ਨਾਲ ਟੱਚ ਨਹੀਂ ਕਰਦੀ, ਠੀਕ ਹੈ। ਉਹ ਕਿਹੜੀਆਂ ਕੰਟਰੀਜ਼ ਨੇਗੀਆਂ? ਉਹ ਹੈਗੇ ਨੇ ਜੀ, ਇੱਕ ਤਾਂ ਹੈਗੇ ਬੋਲੀਵੀਆ, ਦੂਜੀ ਹੈਗੇ ਜੀ ਪੈਰਾਗੁਏ, ਠੀਕ ਹੈ। ਇਹ ਦੋਹੇ ਕੰਟਰੀਜ਼ ਲੈਂਡਲੌਕ ਨੇ ਸਾਊਥ ਅਮਰੀਕਾ ਦੇ ਵਿੱਚ। ਬੋਲੀਵੀਆ ਕੰਟਰੀ ਕਿਉਂ ਨੂੰ ਚ ਸੀਗੀ? ਕਿਉਂਕਿ ਆਪਣੇ ਜਿਹੜੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਜੀ ਉਹ ਇੱਥੇ ਪਿੱਛੇ ਆਏ ਸੀਗੇ, ਠੀਕ ਹੈ। ਉਸ ਤੋਂ ਹੋਰ ਇੰਪੋਰਟੈਂਟ ਕੁਐਸਚਨ ਕੀ ਹੈ? ਵਰਲਡ ਦੇ ਜਿੰਨੇ ਵੀ ਮਤਲਬ ਲੀਥੀਅਮ ਰਿਜ਼ਰਵ ਨੇ ਵਰਲਡ ਦੇ ਵਿੱਚ, ਠੀਕ ਹੈ, ਲੀਥੀਅਮ ਦੇ ਨਾਲ ਤਾਂ ਆਪਣੀ ਜਿਹੜੀ ਮੋਬਾਈਲ ਫੋਨ ਦੀਆਂ ਬੈਟਰੀਜ਼ ਬਣਦੀਆਂ ਨੇ ਉਹਦੇ ਵਿੱਚ ਲੀਥੀਅਮ ਹੀ ਹੁੰਦਾ, ਠੀਕ ਹੈ। ਉਹ ਸਭ ਤੋਂ ਜ਼ਿਆਦਾ ਜਿਹੜੇ ਲੀਥੀਅਮ ਦੇ ਰਿਜ਼ਰਵ ਬਣੇਗੇ ਉਹ ਬੋਲੀਵੀਆ ਕੰਟਰੀ ਦੇ ਵਿੱਚ ਹੀ ਨੇ। ਇਹ ਕੁਐਸਚਨ ਤੁਹਾਡੇ ਤੋਂ ਪੱਕਾ ਕਿਸੇ ਆਉਣ ਵਾਲੇ ਪੇਪਰ ਦੇ ਵਿੱਚ ਪੁੱਛਿਆ ਜਾਊਗਾ, ਠੀਕ ਹੈ। ਬੋਲੀਵੀਆ ਕੰਟਰੀ ਕਾਫੀ ਜ਼ਿਆਦਾ ਨਿਊਜ਼ ਹੈ, ਠੀਕ ਹੈ। ਉਸ ਤੋਂ ਇਲਾਵਾ ਆ ਚਿਲੇ ਕੰਟਰੀ ਦੀ ਗੱਲ ਕਰੀਏ ਜਿਹਦਾ ਸ਼ਹਿਰ ਨੂੰ ਸਿਲੈਕਟ ਕਰੇਗਾ ਸਦਰਨ ਮੋਸਟ ਸਿਟੀ, ਠੀਕ ਹੈ। ਇੱਥੇ ਨਾ ਇੱਕ ਐਟਾਕਾਮਾ ਨਾਮ ਦਾ ਡੈਜ਼ਰਟ ਵੀ ਹੈ, ਠੀਕ ਹੈ, ਜਿਹਨੂੰ ਵਰਲਡ ਦਾ ਡਰਾਈਐਸਟ ਪਲੇਸ ਵੀ ਕਿਹਾ ਜਾਂਦਾ, ਠੀਕ ਹੈ। ਉਸ ਤੋਂ ਇਲਾਵਾ ਆ ਚਿਲੇ ਦੇ ਸਦਰਨ ਮੋਸਟ ਪੁਆਇੰਟ ਤੇ ਨਾ ਇੱਕ ਸਟ੍ਰੇਟ ਹੈਗੀ, ਉਹਦਾ ਨਾਮ ਹੈਗਾ ਮੈਗਲਨ ਸਟ੍ਰੇਟ, ਠੀਕ ਹੈ। ਉਹ ਐਟਲਾਂਟਿਕ ਤੇ ਪੈਸੀਫਿਕ ਓਸ਼ਨ ਨੂੰ ਜੁਆਇਨ
ਧਿਆਨ ਰਹਿੰਦਾ ਉਹ ਕੰਟਰੀ ਹੈਗੀ ਜੀ ਐਕਵਾਡੋਰ, ਠੀਕ ਹੈ। ਇਹ ਵੈਨੇਜ਼ੁਏਲਾ ਤੇ ਐਕਵਾਡੋਰ ਇਹ ਦੋਵੇਂ ਓਪੈਕ ਦੇ ਮੈਂਬਰ ਨੇਗੇ, ਠੀਕ ਹੈ। ਤੇ ਜਿਹੜੀ ਇਹ ਐਕਵਾਡੋਰ ਕੰਟਰੀ ਹੈ ਇਹ ਕਿਉਂ ਵਿੱਚ ਸੀਗੀ, ਕਿਉਂਕਿ ਇੱਕ ਨਾ ਪਰਸਨ ਸੀਗੇ ਪਿੱਛੇ ਜੋ, ਉਹਨਾਂ ਨਾਮ ਤੁਸੀਂ ਸੁਣਿਆ ਹੋਊਗਾ, ਜੂਲੀਅਨ ਅਸਾਂਜ, ਠੀਕ ਹੈ। ਉਹ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਯੂਕੇ ਦੇ ਵਿੱਚੋਂ, ਠੀਕ ਹੈ। ਵੈਸੇ ਤਾਂ ਆਸਟ੍ਰੇਲੀਅਨ ਦੇ ਸਿਟੀਜ਼ਨ ਸੀਗੇ, ਪਰ ਜਿਹੜੀ ਇਹ ਐਕਵਾਡੋਰ ਕੰਟਰੀ ਹੈ ਇਹਨਾਂ ਦੀ ਯੂਕੇ ਦੇ ਵਿੱਚ ਐਂਬੈਸੀ ਸੀਗੀ, ਸੋ ਇਹਨਾਂ ਨੇ ਉਹਨਾਂ ਨੂੰ ਆਪਣੀ ਸਿਟੀਜ਼ਨਸ਼ਿਪ ਦੇ ਰੱਖੀ ਸੀਗੀ ਜੂਲੀਅਨ ਅਸਾਂਜ ਨੂੰ, ਠੀਕ ਹੈ। ਉਸ ਤੋਂ ਇਲਾਵਾ ਬੋਲੀਵੀਆ ਤੇ ਪੇਰੂ ਦੇ ਬਾਰਡਰ, ਜਿਹੜੀ ਦੋ ਕੰਟਰੀ ਨੇ, ਇਹਨਾਂ ਦੇ ਬਾਰਡਰ ਦੇ ਵਿੱਚ ਇੱਕ ਲੇਕ ਲੱਗਦੀ ਹੈ, ਠੀਕ ਹੈ, ਮਸ਼ਹੂਰ ਲੇਕ ਹੈਗੀ, ਉਹਦਾ ਨਾਮ ਹੈਗਾ ਲੇਕ ਟਿਟੀਕਾਕਾ, ਸਾਊਥ ਅਮਰੀਕਾ ਦੇ ਵਿੱਚ ਹੈ। ਉਸ ਤੋਂ ਇਲਾਵਾ ਐਮਾਜ਼ੋਨ ਰਿਵਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਸਾਊਥ ਅਮਰੀਕਾ ਦੀ ਮਤਲਬ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਇਲਾਵਾ ਹੋਰ ਦੇਖ ਲਈਏ ਆਪਾਂ ਸਾਊਥ ਅਮਰੀਕਾ ਦੇ ਵਿੱਚੋਂ ਐਂਡਿਸ ਮਾਊਂਟੇਨ ਹੋ ਗਿਆ, ਠੀਕ ਹੈ। ਉਹ ਜਿਹੜੀ ਵਰਲਡ ਦੀ ਲੌਂਗੈਸਟ ਮਾਊਂਟੇਨ ਰੇਂਜ ਹੈਗੀ ਉਹ ਸਾਊਥ ਅਮਰੀਕਾ ਦੇ ਇਧਰਲੀ ਸਾਈਡ ਤੇ, ਠੀਕ ਹੈ, ਵੈਸਟਰਨ ਸਾਈਡ ਤੇ ਹੈਗੀ ਐਂਡਿਸ ਮਾਊਂਟੇਨ, ਠੀਕ ਹੈ। ਸੋ ਇਹ ਸੀਗਾ ਬੇਸਿਕ ਸਾਰਾ ਆਪਾਂ ਸਾਊਥ ਅਮਰੀਕਾ ਬਾਰੇ ਪੜ੍ਹ ਲਿਆ। ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਬਾਕੀ ਕੰਟੀਨੈਂਟਸ ਬਾਰੇ ਵੀ ਕੁਝ ਕੁਝ ਗੱਲਾਂ ਮੈਪਿੰਗ ਦੇ ਹਿਸਾਬ ਤੋਂ ਪੜ੍ਹਦੇ ਰਵਾਂਗੇ, ਠੀਕ ਹੈ। ਅਗਲੀ ਨਿਊਜ਼ ਆ ਗਈ, ਤਨਜ਼ਾਨੀਆ ਨੇ ਮਤਲਬ ਪਲਾਸਟਿਕ ਬੈਗ ਦੇ ਉੱਪਰ ਬੈਨ ਲਾਤਾ, ਠੀਕ ਹੈ। ਤਨਜ਼ਾਨੀਆ ਇੱਕ ਅਫਰੀਕਨ ਕੰਟਰੀ ਹੈ, ਠੀਕ ਹੈ, ਜਿਹੜੀ ਵਰਲਡ ਦੀ ਹੈ ਮਤਲਬ ਅਫਰੀਕਾ ਦੀ ਹਾਈਐਸਟ ਮਾਊਂਟੇਨ ਪੀਕ ਹੈ ਮਾਊਂਟ ਕਿਲੀਮੰਜਾਰੋ, ਠੀਕ ਹੈ, ਉਹ ਤਨਜ਼ਾਨੀਆ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਇਲਾਵਾ ਹਰਿਆਣਾ ਹਾਈ ਕੋਰਟ ਨੇ ਕੀ ਕਰਿਆ ਹੁਣ ਨਵਾਂ ਫੈਸਲਾ, ਮਤਲਬ ਵਰਡਿਕ ਦਿੱਤਾ ਹੈ, ਉਹ ਕਹਿੰਦੇ ਜਿਹੜੇ ਮਤਲਬ ਐਨੀਮਲ ਹੋਣਗੇ ਉਹਨਾਂ ਨੂੰ ਵੀ ਮਤਲਬ ਲੀਗਲ ਐਂਟੀਟੀ ਦੇ ਪਰਸਨ ਦੇ ਮਤਲਬ ਲੋਕਾਂ ਦੇ ਮਤਲਬ ਹਿਊਮਨ ਬੀਇੰਗ ਦਾ ਮਤਲਬ ਦਰਜਾ ਦਿੱਤਾ ਗਿਆ, ਠੀਕ ਹੈ। ਇਹ ਸਟੈਪ ਪਹਿਲਾਂ ਉੱਤਰਾਖੰਡ ਦੀ ਸਰਕਾਰ ਨੇ ਕਰਿਆ ਸੀਗਾ, ਠੀਕ ਹੈ, ਵੀ ਜਿਹੜੇ ਐਨੀਮਲ ਨੇ ਉਹਨਾਂ ਨੂੰ ਵੀ ਲੀਗਲ ਐਂਟੀਟੀ ਦਾ ਦਰਜਾ ਦਿੱਤਾ ਗਿਆ ਸੀਗਾ। ਸੋ ਹੁਣ ਦੂਜੀ ਸਟੇਟ ਬਣ ਗਈ ਹਰਿਆਣਾ, ਠੀਕ ਹੈ। ਉਸ ਤੋਂ ਬਾਅਦ ਅਗਲੀ ਨਿਊਜ਼ ਆ ਗਈ, ਇੱਕ ਨਵੀਂ ਮਿਨਿਸਟਰੀ ਬਣਾਈ ਗਈ ਹੈ, ਠੀਕ ਹੈ। ਉਹਦਾ ਨਾਮ ਹੈਗਾ ਜੀ ਜਲ ਸ਼ਕਤੀ ਮਿਨਿਸਟਰੀ, ਠੀਕ ਹੈ। ਇਹ ਮਿਨਿਸਟਰੀ ਨੂੰ ਦੋ ਮਿਨਿਸਟਰੀਆਂ ਹੁੰਦੀ ਸੀਗੀਆਂ ਪਹਿਲੀਆਂ, ਇੱਕ ਤਾਂ ਹੁੰਦੀ ਸੀਗੀ ਮਿਨਿਸਟਰੀ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ, ਦੂਜੀ ਹੁੰਦੀ ਸੀਗੀ ਵਾਟਰ ਰਿਸੋਰਸ ਮਿਨਿਸਟਰੀ। ਉਹਨਾਂ ਦੋਹਾਂ ਨੂੰ ਆਪਸ ਦੇ ਵਿੱਚ ਮਰਜ ਕਰਤਾ ਤੇ ਇਹ ਨਵੀਂ ਮਿਨਿਸਟਰੀ ਬਣਾਤੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਤੇ ਇਹਦੇ ਮਿਨਿਸਟਰ ਕਿਹੜੇ ਲਾਏ ਗਏ ਨੇ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਉਹਨਾਂ ਦਾ ਨਾਮ ਹੈਗਾ ਜੀ ਗਜਿੰਦਰ ਸਿੰਘ ਸ਼ੇਖਾਵਤ, ਠੀਕ ਹੈ। ਮੈਂਡੇਟ ਇਹ ਕੰਮ ਕੀ ਕਰੂਗੀ ਮਿਨਿਸਟਰੀ, ਦੇਖੋ ਜਿਹੜੇ ਇੰਟਰਨੈਸ਼ਨਲ ਤੇ ਆਪਣੇ ਇੰਟਰ ਸਟੇਟ ਵਾਟਰ ਡਿਸਪਿਊਟ ਹੋ ਗਏ ਉਹਨਾਂ ਨੂੰ ਸੋਲਵ ਕਰਾਊਗੀ, ਠੀਕ ਹੈ। ਇੰਟਰਨੈਸ਼ਨਲ 'ਚ ਆਪਾਂ ਨੂੰ ਸਾਰਾ ਪਤਾ ਇੰਡਸ ਵਾਟਰ ਟ੍ਰੀਟੀ ਦਾ ਰੌਲਾ ਰਹਿੰਦਾ ਆਈਵਾਰ, ਠੀਕ ਹੈ। ਸੋ ਉਹਦੇ ਵਿੱਚ ਹੁਣ ਇਹ ਮਿਨਿਸਟਰੀ ਆਪਣਾ ਰੋਲ ਪੇ ਕਰੂਗੀ, ਸਾਰੇ ਡਿਸਪਿਊਟ ਸੋਲਵ ਕਰਾਉਗੀ, ਤੇ ਇੰਟਰ ਸਟੇਟ ਵਾਟਰ ਡਿਸਪਿਊਟ ਕਈ ਸਟੇਟਾਂ ਦੇ ਪਾਣੀ ਦੇ ਰੋਲੇ ਚੱਲਦੇ ਨੇ ਉਹਨਾਂ ਨੂੰ ਵੀ ਸੋਲਵ ਕਰਾਉਣ ਦੇ ਵਿੱਚ ਹੈਲਪ ਕਰੂਗੀ। ਉਸ ਤੋਂ ਬਾਅਦ ਸਰਕਾਰ ਦਾ ਇੱਕ ਪ੍ਰੋਜੈਕਟ ਸੀਗਾ ਨਮਾਮੀ ਗੰਗਾ ਪ੍ਰੋਜੈਕਟ, ਠੀਕ ਹੈ, ਆਪਣੀ ਜਿਹੜੀ ਗੰਗਾ ਰਿਵਰ ਹੈ ਉਹਨੂੰ ਕਲੀਨ ਕਰਨ ਦੇ ਲਈ ਇਹ ਪ੍ਰੋਜੈਕਟ ਲਾਂਚ ਕਰਿਆ ਗਿਆ ਸੀਗਾ, ਉਹਨੂੰ ਵੀ ਹੁਣ ਇਹੀ ਮਿਨਿਸਟਰੀ ਸਾਂਭੂਗੀ, ਠੀਕ ਹੈ। ਗੰਗਾ ਰਿਵਰ ਦੇ ਵਿੱਚ ਕਾਫੀ ਜ਼ਿਆਦਾ ਬੀਓਡੀ ਹੈਗੀ, ਮਤਲਬ ਬਾਇਓਲੋਜੀਕਲ ਆਕਸੀਜਨ ਡਿਮਾਂਡ, ਇਨਵਾਇਰਮੈਂਟ ਦਾ ਟੌਪਿਕ ਹੈ, ਡਿਟੇਲ 'ਚ ਉਦੋਂ ਸਮਝਾਉਂਗਾ ਵੀ ਕੀ ਹੁੰਦਾ ਇਹ। ਸੋ ਤਾਂ ਕਰਕੇ ਜਿਹੜਾ ਨਮਾਣੀ ਗੰਗਾ ਪ੍ਰੋਜੈਕਟ ਹੈ ਉਹਨੂੰ ਵੀ ਇਹ ਮਿਨਿਸਟਰੀ ਸਾਂਭੂਗੀ, ਠੀਕ ਹੈ। ਉਸ ਤੋਂ ਇਲਾਵਾ ਰਿਵਰ, ਅੱਜ ਕੱਲ੍ਹ ਆਪਾਂ ਸੁਣਦੇ ਹਾਂ ਰਿਵਰ ਲਿੰਕਿੰਗ ਪ੍ਰੋਜੈਕਟ, ਕਈ ਮਤਲਬ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਰਿਵਰ ਲਿੰਕ ਕਰਦੇ ਤਾਂ ਕਿ ਵਾਟਰ ਨੂੰ ਪਹੁੰਚਾਇਆ ਜਾ ਸਕੇ ਤੇ ਉਹਦੀ ਵੱਧ ਤੋਂ ਵੱਧ ਵਰਤੋਂ ਕਰੀ ਜਾ ਸਕੇ, ਉਹ ਕੰਮ ਵੀ ਹੁਣ ਇਹ ਮਿਨਿਸਟਰੀ ਦੇ ਅੰਡਰ ਆਊਗਾ, ਠੀਕ ਹੈ। ਉਸ ਤੋਂ ਇਲਾਵਾ ਆਪਣੀ ਸਰਕਾਰ ਦਾ ਇੱਕ ਸਕੀਮ ਚਲਾਈ ਸੀਗੀ ਨਲ ਸੇ ਜਲ, ਉਹਦੇ ਅੰਡਰ ਕੀ ਸੀਗਾ, ਮਤਲਬ ਦੇਸ਼ ਦੇ ਜਿੰਨੇ ਵੀ ਘਰ ਨੇਗੇ ਉਹਨਾਂ ਸਾਰਿਆਂ ਨੂੰ ਪਾਈਪ ਥਰੂ ਡਰਿੰਕਿੰਗ ਵਾਟਰ ਅਵੇਲੇਬਲ ਕਰਾਉਣਾ 2024 ਤੱਕ, ਠੀਕ ਹੈ। ਉਹ ਕੰਮ ਵੀ ਹੁਣ ਇਹ ਮਿਨਿਸਟਰੀ ਦੇ ਮਿਨਿਸਟਰੀ ਸਾਂਭੂਗੀ, ਠੀਕ ਹੈ। ਸੋ ਇੰਪੋਰਟੈਂਟ ਸੀਗੀ। ਉਸ ਤੋਂ ਬਾਅਦ ਇੱਕ ਸਰਕਾਰ ਨੇ ਹੋਰ ਪੈਨਸ਼ਨ ਸਕੀਮ ਲਾਂਚ ਕਰਤੀ, ਜਿਹੜੇ ਮਤਲਬ ਸਮਾਲ ਟ੍ਰੇਡਰ ਨੇਗੇ ਤੇ ਸ਼ਾਪਕੀਪਰ ਨੇ, ਦੁਕਾਨਦਾਰ ਹੋਗੇ, ਉਹਨਾਂ ਦੇ ਇੱਕ ਸਕੀਮ ਲਾਂਚ ਕਰਤੀ, ਠੀਕ ਹੈ। 3 ਕਰੋੜ ਮਤਲਬ ਰਿਟੇਲ ਟ੍ਰੇਡਰਸ ਹੋਗੇ ਤੇ ਸ਼ਾਪਕੀਪਰ ਉਹ ਇਸ ਸਕੀਮ ਦੇ ਵਿੱਚ ਕਵਰ ਹੋਣਗੇ, ਠੀਕ ਹੈ। ਫੀਚਰ ਕੀ ਨੇ ਸਕੀਮ ਦੇ, ਸਭ ਤੋਂ ਪਹਿਲੀ ਗੱਲ ਇਹ ਇੱਕ ਸੈਂਟਰਲ ਸੈਕਟਰ ਸਕੀਮ ਹੈ, ਸੈਂਟਰਲ ਸੈਕਟਰ ਤੇ ਸੈਂਟਰ ਸਪਾਂਸਰ ਸਕੀਮ ਬਾਰੇ ਡਿਫਰੈਂਸ ਮੈਂ ਤੁਹਾਨੂੰ ਡਿਟੇਲ ਸਮਝਾ ਚੁੱਕਿਆ, ਮੈਂ ਦੁਬਾਰਾ ਨਹੀਂ ਦੱਸਣਾ, ਠੀਕ ਹੈ। ਇਸ ਸਕੀਮ ਦੇ ਵਿੱਚ ਕੀ ਹੋਊਗਾ, ਜਿਹੜੇ ਵੀ ਮਤਲਬ ਟ੍ਰੇਡਰ ਤੇ ਸ਼ਾਪਕੀਪਰ ਹੋਗੇ ਉਹਨਾਂ ਨੂੰ 3000 ਮੰਥਲੀ ਪੈਨਸ਼ਨ ਦਿੱਤੀ ਜਾਊਗੀ ਜਦੋਂ ਉਹ 60 ਸਾਲ ਦੀ ਏਜ ਕ੍ਰਾਸ ਕਰ ਜਾਣਗੇ, ਠੀਕ ਹੈ। ਕੰਡੀਸ਼ਨ ਕੀ ਨੇ, ਮਤਲਬ ਐਲੀਜੀਬਿਲਟੀ ਕੀ ਹੈ ਸਕੀਮ ਦੇ ਲਈ, ਠੀਕ ਹੈ। ਉਹ ਹੈਗੇ ਜੀ ਮਤਲਬ ਜਿਹੜਾ ਸ਼ਾਪਕੀਪਰ ਤੇ ਮਤਲਬ ਜਿਹੜਾ ਟ੍ਰੇਡਸਮੈਨ ਹੈ ਉਹਦੀ ਜਿਹੜੀ ਉਮਰ ਹੈ ਉਹ 18 ਤੋਂ 40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ, ਤੇ ਜਿਹੜੀ ਉਹਦੀ ਜੀਐਸਟੀ ਭਰਦਾ ਉਹਦੀ ਟਰਨਓਵਰ 1.5 ਕਰੋੜ ਤੋਂ ਘੱਟ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਇਲਾਵਾ ਕੋਈ ਵੀ ਡਾਕੂਮੈਂਟ ਸਬਮਿਟ ਨਹੀਂ ਕਰਾਉਣਾ ਸਿਵਾਏ ਬੈਂਕ ਅਕਾਊਂਟ ਤੇ ਆਧਾਰ ਨੰਬਰ, ਆਧਾਰ ਕਾਰਡ ਤੋਂ, ਠੀਕ ਹੈ। ਇਹਨਾਂ ਦੋਹੇ ਇਹ ਦੋਹੇ ਡਾਕੂਮੈਂਟ ਹੀ ਚਾਹੀਦੇ ਨੇ ਇਸ ਸਕੀਮ ਦੇ ਲਈ, ਠੀਕ ਹੈ। ਹੋਰ ਕੋਈ ਡਾਕੂਮੈਂਟ ਸਬਮਿਟ ਕਰਾਉਣ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ ਕੀ ਹੋਊਗਾ, ਹਰ ਮਹੀਨੇ ਕੋਈ ਪਰਸਨ ਹੈਗਾ ਫਰਜ਼ ਕਰੋ 100 ਰੁਪਏ ਉਹ ਜਮ੍ਹਾਂ ਕਰਾਉਂਦਾ ਇਸ ਪੈਨਸ਼ਨ ਅਕਾਊਂਟ ਦੇ, ਠੀਕ ਹੈ, ਦੇ ਵਿੱਚ ਜਿਹੜਾ ਸਕੀਮ ਦੇ ਅੰਡਰ ਲਾਂਚ ਕਰਿਆ, ਤੇ ਉਹਨਾਂ ਹੀ ਪੈਸਾ 100 ਰੁਪਏ ਪਰਸਨ ਨੇ ਮਤਲਬ ਕੰਟਰੀਬਿਊਟ ਕਰਿਆ ਤੇ 100 ਰੁਪਏ ਹੀ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਉਹ ਮਿਲ ਕੇ ਉਹ ਅਕਾਊਂਟ ਦੇ ਵਿੱਚ ਪੈਸਾ ਪਾਉਣਗੇ, ਠੀਕ ਹੈ। ਤੇ 60 ਸਾਲ ਤੋਂ ਬਾਅਦ ਉਸ ਪਰਸਨ ਨੂੰ 3000 ਰੁਪਏ ਮਹੀਨਾ ਪੈਨਸ਼ਨ ਮਿਲੂਗੀ, ਠੀਕ ਹੈ। ਸੋ ਇਹ ਸੀਗਾ ਸਾਰਾ ਇਸ ਸਕੀਮ ਬਾਰੇ, ਠੀਕ ਹੈ। ਉਸ ਤੋਂ ਬਾਅਦ ਇੱਕ ਕੁਐਸਚਨ ਕਰਦਾ ਆਪਾਂ ਪੰਜਾਬ ਦੇ ਉੱਪਰ, ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ ਅਮਰਿੰਦਰ ਸਿੰਘ ਜੀ, ਠੀਕ ਹੈ, ਉਹਨਾਂ ਨੇ ਮਤਲਬ ਨਰਿੰਦਰ ਮੋਦੀ ਜੀ ਨੂੰ ਰਿਕੁਐਸਟ ਕਰੀ ਹੈ ਵੀ ਜਿਹੜਾ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਬਰਥ
ਪਹਿਲੀ ਸਟੇਟਮੈਂਟ ਆ ਗਈ ਇਹ ਕਹਿੰਦੇ ਮਹਾਤਮਾ ਗਾਂਧੀ ਨੇ ਇਹ ਇੰਸਟਰੂਮੈਂਟਲ ਸੀਗੇ ਅਬੋਲਿਸ਼ਨ ਆਫ ਇੰਡੈਂਚਰ ਲੇਬਰ, ਠੀਕ ਹੈ, ਇੰਡੈਂਚਰ ਲੇਬਰ ਨੂੰ ਅਬੋਲਿਸ਼ ਕਰਨ ਦੇ ਵਿੱਚ ਇਹਨਾਂ ਨੇ ਰੋਲ ਨਿਭਾਇਆ ਸੀਗਾ ਮਹਾਤਮਾ ਗਾਂਧੀ ਜੀ ਨੇ। ਇੰਡੈਂਚਰ ਲੇਬਰ ਕੀ ਹੁੰਦੀ ਹੈ, ਦੇਖੋ ਹੁਣ, ਦੇਖੋ ਕੋਈ ਪਰਸਨ ਹੈਗਾ ਉਹਨੂੰ ਧੱਕੇ ਨਾਲ ਉਹਦੇ ਤੋਂ ਕੋਈ ਕੰਟਰੈਕਟ ਸਾਈਨ ਕਰਾਇਆ ਜਾਵੇ ਤਾਂ ਕਿ ਉਹ ਕਿਸੇ ਪਰਸਨ ਦੇ ਹੇਠ ਰਹਿ ਕੇ ਕੰਮ ਕਰੇ, ਠੀਕ ਹੈ, ਉਹਨੂੰ ਇੰਡੈਂਚਰ ਦਿਹਾੜੀ ਕਰ ਸਕੇ, ਉਹਨੂੰ ਇੰਡੈਂਚਰ ਲੇਬਰ ਕਹਿੰਦੇ, ਠੀਕ ਹੈ। ਸੋ ਇਹ ਆਪਸ਼ਨ ਠੀਕ ਹੈ ਕਿ ਮਹਾਤਮਾ ਗਾਂਧੀ ਨੇ ਇਹ ਅਬੋਲਿਸ਼ਨ ਦੇ ਵਿੱਚ ਉਹ ਰੋਲ ਪੇ ਕਰਿਆ ਸੀਗਾ। ਦੂਜੀ ਸਟੇਟਮੈਂਟ ਆ ਗਈ ਇਹ ਕਹਿੰਦੇ ਲਾਰਡਸ ਕਲੈਮਸਫੋਰਡ ਸੀਗੇ ਜਿਹੜੇ, ਠੀਕ ਹੈ, 1914 ਤੋਂ 18 ਦੇ ਵਿੱਚ ਇਹਨਾਂ ਦੀ ਟਾਈਮਲਾਈਨ ਸੀਗੀ, ਇਹਨਾਂ ਦੀ ਮਤਲਬ ਬਾਹਰ ਕਾਨਫਰੰਸ ਦੇ ਵਿੱਚ, ਠੀਕ ਹੈ, ਉਦੋਂ ਇਹਨਾਂ ਨੇ ਰੈਜ਼ੋਲੂਸ਼ਨ ਪਾਸ ਕਰਿਆ ਸੀਗਾ ਵੀ ਜਿਹੜੇ ਇੰਡੀਅਨ ਨੇ ਉਹ ਵਰਲਡ ਵਾਰ 1 ਦੇ ਵਿੱਚ ਸਪੋਰਟ ਕਰਨਗੇ, ਠੀਕ ਹੈ, ਤੇ ਗਾਂਧੀ ਜੀ ਨੇ ਇਹਦੇ ਵਿੱਚ ਸਪੋਰਟ ਨਹੀਂ ਦਿੱਤੀ ਸੀ। ਗਾਂਧੀ ਜੀ ਕਹਿੰਦੇ ਵੀ ਇੰਡੀਆ ਮਤਲਬ ਇੰਡੀਆ ਦੇ ਜਿਹੜੇ ਸੋਲਜਰ ਨੇ ਉਹ ਪਾਰਟ ਨਹੀਂ ਲੈਣਗੇ, ਠੀਕ ਹੈ, ਇਹ ਆਪਸ਼ਨ ਗਲਤ ਹੈਗੀ ਕਿਉਂਕਿ ਗਾਂਧੀ ਨੇ ਸਪੋਰਟ ਕਰੀ ਸੀਗੀ, ਠੀਕ ਹੈ, ਵੀ ਮਤਲਬ ਸੋਲਜਰਸ ਵਰਲਡ ਵਾਰ ਦੇ ਵਿੱਚ ਭਾਗ ਲੈਣ ਤਾਂ ਕਿ ਆਪਾਂ ਨੂੰ ਜਲਦ ਤੋਂ ਜਲਦ ਆਜ਼ਾਦੀ ਮਿਲ ਸਕੇ, ਠੀਕ ਹੈ, ਇਹ ਆਪਸ਼ਨ ਹੋਊਗੀ ਗਲਤ। ਤੀਜੀ ਆਪਸ਼ਨ ਕਹਿੰਦੀ ਜਦੋਂ ਮਤਲਬ 1930 ਦੇ ਵਿੱਚ ਸਾਲਟ ਲਾ ਬ੍ਰੇਕ ਕਰਿਆ ਸੀਗਾ ਡਾਂਡੀ ਮਾਰਚ ਵੇਲੇ ਇਹਨਾਂ ਨੇ ਆਪਣੇ ਵੱਖ ਵੱਖ ਥਾਵਾਂ ਤੇ ਇੰਡੀਆ ਦੇ ਵਿੱਚ, ਠੀਕ ਹੈ, ਜਿਵੇਂ ਗਾਂਧੀ ਹੋਰਾਂ ਨੇ ਉੱਥੇ ਡਾਂਡੀ ਦੇ ਵਿੱਚ ਕਰਿਆ ਸੀਗਾ, ਸਾਊਥ ਸਟੇਟ ਦੇ ਵਿੱਚ ਮਤਲਬ ਸੀ ਰਾਜਗੋਪਾਲਾ ਜਾਰੀ ਸੀਗੇ, ਮਾਲਾਬਾਰ ਕੋਸਟ ਦੇ ਵਿੱਚ ਉਹਨਾਂ ਨੇ ਉੱਥੇ ਕਰਿਆ ਸੀਗਾ, ਠੀਕ ਹੈ, ਤੰਜੋਰ ਕੋਸਟ ਦੇ ਵਿੱਚ ਕਰਿਆ ਸੀਗਾ ਸੀ ਰਾਜਗੋਪਾਲਾ ਜਾਰੀ ਨੇ, ਤੇ ਉਸ ਤੋਂ ਇਲਾਵਾ ਹੋਰ ਵੀ ਕਈ ਸਟੇਟ ਦੇ ਵਿੱਚ ਸਾਲਟ ਲਾ ਵਗੈਰਾ ਬ੍ਰੇਕ ਕਰਿਆ ਗਿਆ ਸੀਗਾ, ਤੇ ਉਹ ਜਦੋਂ ਕਰਿਆ ਸੀਗਾ ਉਦੋਂ ਜਿਹੜੀ ਕਾਂਗਰਸ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ ਉਹਨੂੰ ਇਲੀਗਲ ਡਿਕਲੇਅਰ ਕਰ ਦਿੱਤਾ ਗਿਆ ਸੀਗਾ, ਬਿਲਕੁਲ ਕਰ ਦਿੱਤਾ ਗਿਆ ਸੀਗਾ, ਠੀਕ ਹੈ, ਕਾਂਗਰਸ ਨੂੰ ਬਹੁਤ ਵਾਰ ਮਤਲਬ ਇਲੀਗਲ ਡਿਕਲੇਅਰ ਕਰਤਾ ਜਦੋਂ ਕੋਈ ਇਹੋ ਜਿਹੇ ਉਹ ਕੰਮ ਕਰਦੀ ਸੀਗੀ। ਇਹਦਾ ਆਨਸਰ ਆ ਗਿਆ ਜੀ ਬੀ 1 and 3 ਆਰ ਕਰੈਕਟ, ਠੀਕ ਹੈ। ਆਲੇ ਕੁਐਸਚਨ ਉੱਪਰ ਚੱਲਦੇ ਆ, ਇਹ ਕਹਿੰਦਾ ਕਿਹੜੀ ਕੰਟਰੀ, ਇਹਨੇ ਚਾਰ ਆਪਸ਼ਨ ਦਿੱਤੇ ਨੇ, ਇਹਨਾਂ ਦੇ ਵਿੱਚੋਂ ਕਿਹੜੀ ਕੰਟਰੀ ਸਭ ਤੋਂ ਵੱਡੀ ਐਕਸਪੋਰਟਰ ਹੈਗੀ ਰਾਈਸ ਦੀ, ਠੀਕ ਹੈ, ਐਕਸਪੋਰਟਰ ਲਿਖਿਆ ਹੋਇਆ, ਇਹ ਮਤਲਬ ਟ੍ਰਿਕੀ ਕੁਐਸਚਨ ਸੀਗਾ, ਵੈਸੇ ਤਾਂ ਆਸਾਨ ਸੀਗਾ। ਦੇਖੋ ਇਹਦਾ ਆਨਸਰ ਆਊਗਾ ਜੀ ਇੰਡੀਆ, ਸਭ ਤੋਂ ਲਾਰਜੈਸਟ ਐਕਸਪੋਰਟਰ ਹੈਗਾ ਇੰਡੀਆ, ਠੀਕ ਹੈ, ਜੇ ਉਹਦੇ ਪ੍ਰੋਡਿਊਸਰ ਪਾ ਦਿੰਦੇ ਐਕਸਪੋਰਟਰ ਦੀ ਜਗ੍ਹਾ, ਠੀਕ ਹੈ, ਵੀ ਸਭ ਤੋਂ ਵੱਧ ਪ੍ਰੋਡਿਊਸ ਕੌਣ ਕਰਦਾ ਚਾਵਲ, ਉਹ ਕਰਦਾ ਜੀ ਚਾਈਨਾ, ਠੀਕ ਹੈ। ਸੋ ਜੇ ਪ੍ਰੋਡਿਊਸਰ ਆਵੇ ਪੇਪਰ 'ਚ ਉੱਥੇ ਚਾਈਨਾ ਹੋਣਾ, ਤੇ ਜੇ ਐਕਸਪੋਰਟਰ ਲਾਰਜੈਸਟ ਐਕਸਪੋਰਟਰ ਹੈਗਾ ਉਹ ਇੰਡੀਆ ਕਰਦਾ, ਠੀਕ ਹੈ। ਸੋ ਇਹ ਸੀਗਾ ਸਾਰਾ ਅੱਜ ਦੇ ਅਨਾਲਿਸਿਸ ਬਾਰੇ, ਮਿਲਦੇ ਆਪਾਂ ਕੱਲ ਦੀਆਂ ਖਬਰਾਂ ਦੇ ਨਾਲ, ਧੰਨਵਾਦ। ਤੇ ਜਿਹੜੀ ਵੀਡੀਓ ਦੀ PDF ਹੈਗੀ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਅਵੇਲੇਬਲ ਹੋ ਜੂਗੀ, ਜਿਹਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲੈ ਲਓ, ਠੀਕ ਹੈ। ਸੋ ਧੰਨਵਾਦ, ਮਿਲਦੇ ਆਪਾਂ ਕੱਲ ਦੀਆਂ ਖਬਰਾਂ ਦੇ ਨਾਲ।